ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਰਾਏਪੁਰ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਹਰਜੀਤ ਸਰਪੰਚ ਉਹਨਾਂ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਗਾਵਾਂ ਦਿਖਾਉਣੀਆਂ ਅਤੇ ਦੋਵੇਂ ਜਰਸੀਆਂ ਤੁਹਾਨੂੰ ਦਿਖਾਉਣੀਆਂ ਅਤੇ ਦੋਵੇਂ ਸੂਈਆਂ ਸਵਾਈਆਂ ਤੁਹਾਨੂੰ ਦਿਖਾਉਣੀਆਂ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਵਧੀਆ ਵਧੀਆ, ਤੁਸੀਂ ਦੱਸੋ। ਚਲੋ ਵਧੀਆ, ਕਿਰਪਾ ਜੀ ਚਾਹੀਦੀ ਜੀ। ਤੇ ਨਾਮ ਦੱਸ ਦਿਓ ਇੱਕ ਵਾਰੀ। ਨਾਮ ਹਰਜੀਤ ਸਿੰਘ। ਹਾਂਜੀ, ਪਿੰਡ ਰਾਏਪੁਰ ਖੁਰਦ, ਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਤੇ ਫੋਨ ਨੰਬਰ ਬੋਲ ਦਿਓ ਇੱਕ ਵਾਰੀ। 9778-82-776। ਠੀਕ ਹੈ। ਤਿਆਰ ਕੀ ਫਿਰ ਗਰਮੀ ਵਾਲਾ ਮਾਲ ਲੈਣ ਤਾ ਜੀ? ਹਾਂਜੀ, ਮਾਲ ਤਾਂ ਕੱਲ੍ਹ ਹੈਗੀਆਂ ਗਾਵਾਂ 4-5। ਅੱਛਾ, ਅਤੇ ਗਾਵਾਂ ਤੁਹਾਨੂੰ ਪਤਾ ਹੁਣ ਖਿੱਚ ਬਾਜ਼ਾਰ ਖਿੱਚਿਆ, ਗਰਿਆ ਚ ਮਾਲ ਕਰੋਸ ਮਿੰਟੋ ਮਿੰਟ ਦਿੱਤਾ ਜਾਂਦਾ। ਹਾਂਜੀ ਹਾਂਜੀ, ਰਹਿ ਗਈਆਂ ਸੀ ਦੋ ਗਾਵਾਂ, ਤੁਹਾਨੂੰ ਮੈਂ ਯਾਦ ਕਰੀਏ ਨਾਲ ਦੇ। ਠੀਕ ਹੈ, ਵੀਡੀਓ ਦੇ ਕਰਾਈਏ। ਠੀਕ ਹੈ, ਆਹ ਵੀਰ ਡਿੱਗਦੇ ਰਹਿੰਦੇ ਤੁਹਾਡੀ ਵੀਡੀਓ। ਹਾਂਜੀ ਹਾਂਜੀ, ਅਤੇ ਵਿਸਾਖੀ ਵੀ ਆਉਣ ਦੀ ਲਾਉਣਾ ਮੇਲਾ ਫਿਰ ਅਰਕੀ? ਹਾਂ ਨਹੀਂ, ਜਾਵਾਂਗੇ। ਅੱਛਾ, ਖੜਨੇ ਕੋ ਪਸ਼ੂ ਕਿ ਨਹੀਂ? ਖੜਾਂਗੇ, ਦਾ ਜਦੋਂ ਪੁੱਛੇ ਹੁੰਦੇ ਆ ਆਪਣੇ ਸੱਜਣ ਮਿੱਤਰ ਕਈ। ਅੱਛਾ, ਰੌਣਕ ਮੇਲਾ ਵੇਖ ਕੇ ਆਓਗੇ ਕਿ ਦੋ ਚਾਰ ਖੜੇ ਹੋਗੇ? ਹਾਂ, ਇੱਥੇ ਇੱਦਾਂ ਦਾ ਜਦੋਂ ਚੋਂ ਹੋਵਾਂਗੇ ਰੋਡ ਦੇ ਵਿੱਚੋਂ। ਠੀਕ ਹੈ, ਠੀਕ ਹੈ, ਚਲੋ ਫਿਰ ਕਰੀਏ ਸ਼ੁਰੂ ਹੈ ਨਾ ਆਪਾਂ। ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ 'ਤੇ ਜਿਹੜੀ ਜਰਸੀ ਆ, ਇਹਦੇ ਤੋਂ ਹੀ ਆਪਾਂ ਕਰਨੀ ਹੈ। ਚੰਗੇ ਕੱਦ ਕਾਠ ਵਾਲੀ ਹੈ, ਬਾਕੀ ਚੰਗੇ ਥਣ ਹਵਾਨੇ ਵਾਲੀ, ਥਣਾਂ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ ਆ, ਅਤੇ ਬਾਕੀ ਚਿਹਰੇ ਤੋਂ ਵੀ ਇੱਕ ਵਾਰੀ ਦੇਖ ਸਕਦੇ ਜੀ। ਅਤੇ ਮਗਰ ਵੀ ਇਹਦੇ ਵੱਛੀ ਆ, ਸੋਹਣੀ ਵੱਛੀ ਆ ਇਹਦੇ ਮਗਰ। ਅਤੇ ਉਸ ਤਰ੍ਹਾਂ ਵੀ ਆ ਦੇਖ ਸਕਦੇ ਜੀ, ਬਾਕੀ ਥਣ ਬੜਾ ਪਿਆਰਾ, ਚੰਗੇ ਗੈਪ 'ਤੇ ਥਣ ਆ ਜਿਹੜਾ ਇਹਦੇ ਕੋਲ। ਕਿਨਵਾ ਸੂਆ ਜੀ ਵਿੱਧੀ ਇਹਦਾ? ਦੂਜਾ ਸੂਆ ਸੂਈ ਬੈਟ ਵਿੱਚ ਫਾਰਮ 'ਚੋਂ ਲਈ ਉੱਧਰ। ਠੀਕ ਹੈ, ਚੰਗੇ ਕੱਦ ਕਾਠ ਵਾਲੀ ਹੈ ਨਾ। ਅਤੇ ਕਿੰਨਾ ਚਿਰ ਹੋਇਆ ਸੂਈ ਨੂੰ? ਸੂਈ ਨੂੰ ਜੀ 10 ਦਿਨ ਹੋ ਗਏ। 10 ਦਿਨ ਹੋ ਗਏ, ਅਤੇ ਬੱਚਾ ਮਗਰ ਵੱਛੀ ਹੈ ਨਾ ਇਹਦੇ। ਵੱਛੀ ਬਹੁਤ ਪਿਆਰੀ ਜੀ। ਅਤੇ ਦੁੱਧ ਕਿੰਨਾ ਤਿਆਰ ਕਰ ਗਈ ਜੀ? ਦੁੱਧ ਤਾਂ ਵੀਰ ਜੀ ਇਹ ਆਈ ਆਪਣੇ ਕੋਲ ਪਰਸੋਂ ਹੀ ਇਹਦੇ। ਅੱਛਾ, ਇਹ ਆਈ ਸੁੱਕਾ ਪੱਠਾ ਖਾਂਦੀ ਉੱਧਰੋਂ, ਮਤਲਬ ਰਾਜਸਥਾਨ ਏਰੀਏ 'ਚੋਂ। ਅੱਛਾ, ਆਹ ਸਾਡੇ ਕੋਲ ਆ ਕੇ ਨੇ ਹਰਿਆ, ਪਹਿਲਾਂ ਦਿਹਾੜੀ ਘੱਟ ਖਾਧਾ, ਹੁਣ ਰਾਤੀ ਹਰਿਆ ਉਹਦਾ ਖਾਧਾ ਵਾ। ਅੱਛਾ, ਦੁੱਧ ਉੱਥੇ ਹੈਗਾ 27-27 ਕਿਲੋ ਇਹਦੇ ਕੋਲ। ਅੱਛਾ, ਉਹ ਥੋੜ੍ਹਾ ਜਿਹਾ ਰੁਪਾ ਆ ਕੇ ਪੈਣੇ ਪੁਣੇ ਕਰਕੇ ਡੰਗਰ ਇੱਕ ਨਾ ਫਰਕ ਪਾਉਂਦਾ ਹੀ ਆ, ਹੁਣ 22 ਲੀਟਰ ਹੋਣਾ ਵਾ। 22 ਲੀਟਰ ਹੈਗਾ ਪੱਕਾ ਦੁੱਧ? ਹਾਂਜੀ ਹਾਂਜੀ, ਘਰੋਂ 2 ਟਾਈਮ ਚਵਾ ਦੋਗੇ? ਹਾਂਜੀ ਹਾਂਜੀ, ਬਾਕੀ ਬੇਕਰੀ ਹੋਰ ਬੜੀ ਸਿਫਤ ਜੇ, 5 ਫੈਨ ਜੀ। ਅੱਛਾ, 5 ਫੈਟ ਹੈਗੀ ਹੈ ਇਹਦੀ। ਠੀਕ ਹੈ, ਇਹ ਹੈ ਕਿ 22 ਲੀਟਰ ਦੁੱਧ ਹੋਵੇ ਅਤੇ ਤੁਹਾਡੇ ਕਿੱਲੇ ਤੋਂ ਕੋਈ ਖੋਲ੍ਹ ਕੇ ਲੈ ਜੇ, ਨਹੀਂ ਤਾਂ ਰਹਿੰਦੇ ਹਨ। ਅਤੇ ਬਾਕੀ ਇਹ ਦੇਖੋ ਵੀ ਹੁਣ ਗਰਮੀ ਜਾਂ ਮੰਨ ਲਓ ਉਹਦਾ ਜਿੱਦਾਂ ਇਹਦਾ 26-27 ਕਿਲੋ ਹੋਵੇ ਅਤੇ ਉਹਦਾ 40 ਕਿਲੋ ਹੋਵੇ, 3 ਫੈਨ ਅਤੇ 5 ਫੈਨ ਦਾ ਮੁਕਾਬਲਾ ਕੋਈ ਨਹੀਂ। ਹਾਂਜੀ ਹਾਂਜੀ, ਫਰਕ ਪੈ ਜਾਂਦਾ। ਬਾਕੀ ਇਹ ਕਿ ਮੱਝਾਂ ਵਰਗਾ ਦੁੱਧ ਹੁੰਦਾ ਇਹਨਾਂ ਗਾਵਾਂ ਦਾ, ਗਰਮੀ ਪ੍ਰਵਾਹ ਕੋਈ ਨਹੀਂ। ਹਾਂਜੀ, ਵੀਰੇ ਵੀ ਕਹਿੰਦੇ ਵੀ ਜਿਹੜਾ ਟੀਕਾ ਭਰਾਓਗੇ ਉਹ ਹੀ ਬੱਚਾ ਦਿੰਦੀ ਕਰਮ ਵਾਲੀ। ਠੀਕ ਹੈ, ਪਿਛਲੇ ਸੂਹੇ ਵੀ ਦੂਜੇ ਸੂਹੇ ਵੀ। ਠੀਕ ਹੈ, ਚਲੋ ਖੋਲੋ ਹਾਂ ਫਿਰ ਤੋਰੀਆ ਇੱਕ ਵਾਰੀ। ਬਾਕੀ ਚੰਗੇ ਕੱਦ ਕਾਠ ਵਾਲੀ ਆ ਅਤੇ ਚਿਹਰੇ ਦੀ ਵੀ ਕਾਫੀ ਖੂਬਸੂਰਤ ਆ, ਉਸ ਤਰ੍ਹਾਂ ਜਿਹੜੀ ਬੋਡੀ ਸਟਰਕਚਰ ਜਿਹੜਾ ਇਹਦਾ ਚੰਗਾ, ਅਤੇ ਮਗਰ ਇਹਦੇ ਵੱਛੀ, ਇਹਦੇ ਵੱਛੀ ਦੀ ਵੀ ਹਾਈਟ ਲੈਂਥ ਜਿਹੜੀ ਹੁਣ ਤੋਂ ਹੀ ਚੰਗੀ ਆ। ਹਾਂਜੀ ਹਾਂਜੀ, ਬਾਕੀ ਇਹ ਆ ਕਿ ਕੋਈ ਵੀਰ ਚੰਗੀ ਸਾਂਭ ਕਰੂਗਾ ਤੇ ਦੁੱਧ ਇਹਨੇ ਚੰਗਾ ਕੱਢੀ ਜਾਣਾ, ਜਿਹੋ ਜਿਹਾ ਇਹਦਾ ਬੋਡੀ ਸਟਰਕਚਰ ਹੈ, ਥਣ ਹਵਾਨਾ ਜਿਸ ਤਰ੍ਹਾਂ ਇਹਦਾ। ਹੁਣ 22 ਲੀਟਰ ਦੁੱਧ ਜਿਹੜੇ ਕਹਿੰਦੇ ਕਿ ਮੌਕੇ 'ਤੇ ਚਵਾ ਦਾਂਗੇ। ਲੈ ਜਾਓ ਜੀ, ਉਸ ਤਰ੍ਹਾਂ ਵੀ ਸ਼ਾਂਤ ਜੀ ਸੁਭਾਅ ਦੀ ਹੈ, ਠੰਡੀ ਧੀਰੀ ਆ ਜਿਹੜੀ।
ਤੇ ਕਿੰਨਾ ਰੱਖਣਾ ਵਿਧੀਆ ਦਾ ਮੁੱਲ ਫਿਰ ਆਪਾਂ? ਮੁੱਲ ਤੇ ਵੀ ਬਾਜ਼ਾਰ ਦੇ ਹਿਸਾਬ ਨਾਲ ਬਾਹਰ ਚਾਹੀਦਾ, ਤੇ ਜਿੱਦਾਂ ਵੱਡੀ ਲੱਸੀ ਦੇ ਸਾਰਾ ਹਿਸਾਬ ਤਾਂ ਲਾਈਏ ਦੁੱਧ ਐਚ ਐਫ ਦਾ, ਜਿਹੜੀ ਐਚ ਐਫ ਦੇ ਹੁਣ 35-40 ਕਿਲੋ ਦਾ ਮੁਕਾਬਲਾ ਕਰਨਾ ਜੀ। ਹਾਂਜੀ ਹਾਂਜੀ ਹਿਸਾਬ ਨਾਲ ਹਾਂਜੀ। ਹਾਂ ਤੇ ਉਹਦੇ ਮੁਕਾਬਲਾ ਐਡੀ ਮਹਿੰਗੀ ਜਿਹੜੀ 35-40 ਕਿਲੋ ਵਾਲੀ, ਉਹ 1.5 ਲੱਖ ਦੀ ਦਿੰਦੇ ਲੋਕੀ। ਹਾਂਜੀ ਮਿਲਦੀ ਵੀ ਆ ਜਾਂ ਲੈਂਦੀ, ਜਿਹਨੇ ਪਾਲਣੀ ਉਹਨੇ ਦੇ ਪੈਸੇ ਵੱਟਣੇ ਆ। ਹਾਂਜੀ ਹਾਂਜੀ ਆਹ ਤੇ ਆਪਾਂ ਦੇ ਦਾਂਗੇ ਹਿਸਾਬ ਨਾਲ ਹੀ। ਕੋਈ ਕਿੰਨੇ ਦੀ ਹੋ ਸਕਦਾ ਸੀ ਉਹਨੂੰ ਅੱਧ 'ਚ ਦੇ ਦਈਏ? ਕਿੰਨੇ ਦੀ ਕਰੇ ਵੀਰ ਕੋਈ? ਅੱਛਾ ਮੌਕੇ ਤੇ ਕਰਦਾ। ਅੱਛਾ ਇਹਦਾ ਰੇਟ ਫੋਨ ਤੇ ਕਰਨਾ ਤੇ ਜਾਇਜ਼ ਕਰਨਾ ਬਿਲਕੁਲ। ਠੀਕ ਹੈ ਜੀ। ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ, ਇਹ ਵੀ ਸੂਈ ਸਵਾਈ ਹੈ, ਇਹ ਵੀ ਜਰਸੀ ਆ ਜਿਹੜੀ। ਹਾਂ ਦੇਖ ਸਕਦੇ ਚਿਹਰਾ ਬੜਾ ਪਿਆਰਾ ਜਿਹੜਾ ਇਹਦਾ ਵੀ, ਤੇ ਥਾਣੇ ਦੇ ਵੀ ਤੁਹਾਨੂੰ ਲਾਗੇ ਦਾ ਦਿਖਾ ਦਈਏ। ਹਾਂ ਦੇਖ ਸਕਦੇ ਜੇ ਚੰਗੇ ਗੈਪ ਤੇ ਥਾਣੇ ਜਿਹੜਾ ਇਹਦਾ ਵੀ, ਤੇ ਮਿਲਕਵੇਨ ਵੀ ਚੰਗੀ ਲੱਗੀ ਹੈ। ਕਿੰਨਾ ਸੂਆ ਜੇ ਵਿਧੀ ਇਹਦਾ? ਦੂਜਾ ਸੂਆ ਸੂਈ ਹੈ, ਅੱਛੀ ਵਿਧੀ ਹੈ ਜੇ। ਅੱਛਾ ਕੰਨੀਆਂ ਬਰਾਬਰ ਕਰਨ ਲਈ। ਕਿੰਨਾ ਕੁ ਚਿਰ ਹੋ ਗਿਆ ਸੂਈ ਨੂੰ? ਇਹ ਤਾਂ ਤਾਜ਼ੀ ਹੈ, 5 ਦਿਨ ਹੋਇਆ ਜੀ। 5 ਕੁ ਦਿਨ ਜਿਹੜੇ ਕਹਿੰਦੇ ਹੋਏ ਸੂਈ ਨੂੰ, ਤਾਜ਼ਾ ਹੀ ਆ ਬੱਚਾ ਜਿਹੜਾ ਮਗਰ। ਬੋਲੇ ਸੀ ਜੀ। ਕਿੰਨਾ ਕੁ ਬੋਲਾ ਜੀ ਇਹਦੇ ਕੋਲ? ਇਹਦੇ ਕੋਲ ਬੋਲਾ ਵੀ 14 ਲੀਟਰ ਤਿਆਰ ਹੋ ਗਿਆ। ਤਿਆਰ ਬਿਲਕੁਲ, ਪਰਸੋਂ ਹੀ ਆਪਣੇ ਕੋਲ ਆਈ ਇਹਦੇ। ਕਿੰਨਾ ਕੁ ਚਵਾਈ ਜਾ? ਬਾੜੇ ਘਰੋਂ ਜੀ ਬੜੀ। ਅੱਛਾ ਬਿਲਕੁਲ ਸੇਵਾ ਨਹੀਂ ਹੋਣਾ ਨਹੀਂ ਹੈਗੀ। ਅੱਛਾ ਤੇ ਹਿਸਾਬ ਨਾਲ ਵੀ 10 ਕਿਲੋ ਦੁੱਧ ਸੀ ਦੋ ਦਿਨਾਂ ਚ, ਇਹਨੇ 4-5 ਕਿਲੋ ਦਾ ਮਾਰਿਆ ਜਿਹੜਾ ਆਪਾਂ। ਅੱਛਾ ਕਿੰਨਾ ਚਵਾਈ ਜਾਊਗੀ ਇਹ? ਜਿਹੜੇ ਸਾਰਾ ਵੇਚੀ ਇਹਨੇ ਦੁੱਧ ਵਧਿਆ ਬੋਲਿਆ, ਇਹਨੇ ਕੀ ਕਿਤੇ ਭਾਵੇਂ 20 ਕਿਲੋ ਚਵਾ ਜੇ। ਅੱਛਾ ਬਾਕੀ ਇਹ ਵੀ 17-18 ਕਿਲੋ ਦਾ ਚਵਾਊਗੀ ਨਾ? ਠੀਕ ਹੈ, ਮੌਕੇ ਤੇ 14 ਚਵਾ ਦੋਗੇ ਜਿਹੜਾ ਆਪਣੇ ਘਰੋਂ? ਬੋਲਾ 14 ਕਿਲੋ ਹਾਂਜੀ, ਜਿਹੜਾ ਘਰੋਂ ਚਵਾ ਕੇ ਦੋਗੇ। ਤੋਰੋ ਹਾਂ ਫਿਰ ਇੱਕ ਰੀ ਨਾ। ਬਾਕੀ ਥਾਣਾ ਹਵਾਨੇ ਦੀ ਜਿਹੜੀ ਸਫਾਈ ਜਾ ਗਾਣ ਵੀ, ਹਵਾਨਾ ਚੰਗਾ ਤੇ ਹਵਾਨਾ ਪਛਾਣ ਵੀ ਚੰਗਾ। ਬਾਕੀ ਮੌਕੇ ਦੇ ਦੁੱਧ ਜਿਹੜਾ 14 ਲੀਟਰ ਤਿਆਰ ਦੱਸਦੇ ਹੋ ਤੁਸੀਂ ਚਵਾ ਕੇ ਖੜਨਾ, ਬਾਕੀ ਅੱਗੇ ਤੁਹਾਡੀ ਸਾਂਭ ਤੇ ਆਵਾਜ਼ ਜੇ ਘੱਟ ਜਿਓ ਤੁਸੀਂ ਆਪਣਾ ਵੇਖ ਚੱਕ ਕੇ ਖੜਨਾ। ਤੇ ਇਹਦਾ ਮੁੱਲ ਬਾਕੀ ਵੀ ਜੀ ਠੰਡੀ ਜੇ ਕੋਈ ਵੰਗਾ ਨਿਆਣਾ ਭਾਵੇਂ ਕੋਈ ਪਾਲੇ ਤੇ ਭਾਵੇਂ ਨਾ ਪਾਲੇ, ਕਈ ਵੀ ਰਾਂਦੇ ਪਾ ਕੇ ਚੋਣੀ ਆ। ਠੀਕ ਹੈ, ਕਈ ਆਪ ਤਾਂ ਨਹੀਂ ਚੋਣੀ, ਬਾਕੀ ਠੀਕ ਹੈ ਪਾਪਾ ਨਹੀਂ ਪਾਉਂਦੇ ਇਹਨੂੰ। ਅੱਛਾ ਹਾਂ ਆਪਣੀ ਮਰਜ਼ੀ ਆ, ਭਾਵੇਂ ਜਿੰਨੀ ਦੋਵੇਂ ਬੰਨੇ ਬਹਿ ਕੇ ਚੋ ਭਾਵੇਂ। ਠੀਕ ਹੈ ਹਾਂਜੀ। ਤੇ ਦੁੱਧ ਤੇ ਇਹਦਾ ਵੀ ਸੰਘਣਾ ਨਾ, ਦਵਾਈ ਵੀ ਇੰਨੀ ਲੱਗੀ ਜੇ ਦੁੱਧ ਭਾਵੇਂ ਹੈ ਵੀ 14 ਕਿਲੋ ਦੇ ਵਿਖਾਲਾ ਕਰੂ, 16 ਕਿਲੋ 17 ਕਿਲੋ ਦਾ ਇੰਨਾ ਮਤਲਬ ਠੀਕ ਹੈ ਮੋਟੀ ਟਾਰ ਆ ਬਿਲਕੁਲ। ਤੇ ਇਹਦਾ ਮੁੱਲ ਵੇਲੋ ਵੀ ਜੀ ਬਾਜ਼ਾਰ ਜਦੋਂ 17-18 ਕਿਲੋ ਵਿੱਚ ਜਿਹੜੀ ਫੈ ਪਿਓਰ ਜਰਸੀ ਆ। ਹਾਂਜੀ ਹਾਂਜੀ ਇੰਨਾ ਪਿੰਡਾਂ ਵੀਰ ਸੋਹਣੀ ਜਰਸੀ ਆ, ਸਾਰੇ ਜਰਸੀ ਵੀ ਕਰਦੇ ਆ। ਹਾਂਜੀ ਮੁੱਲ ਤੇ ਭਾਵੇਂ ਕਹਿੰਦਾ 50-60 ਕਰ ਲਈਏ। ਹਾਂਜੀ ਤੇ 45,000 ਦੀ ਦੇ ਦਾਂਗੇ। ਅੱਛਾ 45,000 ਦੀ ਦੇ ਦੋਗੇ, ਮੌਕੇ ਤੇ ਹੋਰ ਕਰ ਦੋਗੇ? ਚਲੋ ਸਾਨੂੰ ਮਾਨਤਾ ਨਾ ਮਿਲ ਗਈ ਆ ਜਦੋਂ ਤਾਂ ਕਰਕੇ ਇਹਦੇ ਮੁੱਲ ਤੇ ਭਾਵੇਂ ਜਿੰਨਾ ਮਰਜ਼ੀ। ਠੀਕ ਹੈ ਚਲੋ ਮੌਕੇ ਤੇ ਕਰ ਦੋਗੇ ਹੋਰ ਮਾਨ। ਹਾਂਜੀ ਚਲੋ ਉਹ ਤਾਂ ਥੋੜ੍ਹਾ ਬੜਾ ਤੇ ਠੀਕ ਹੈ, ਹੋਰ ਕੁਛ ਕਹਿਣਾ ਫਿਰ?
ਬਸ ਮਿਹਰਬਾਨੀ। ਠੀਕ ਹੈ, ਹੋਰ ਕੁਛ ਕਹਿਣਾ ਹੋਵੇ ਤੁਹਾਡੇ ਫੈਨ ਵਾਸਤੇ, ਆਪਣੇ ਵਾਸਤੇ? ਫੈਨਾਂ ਨੂੰ ਇਹੋ ਜਿਹੀ ਧੰਨਵਾਦ ਹੈ, ਚਲੋ ਫੋਨ ਕਰਦੇ ਆ, ਉਹਨਾਂ ਨੂੰ ਮਾਲ ਉਗਾਉਂਦੇ ਆ, ਚਲੋ ਮੁੜ ਕੇ ਆਪਾਂ ਨੂੰ ਸਿਫਤ ਕਰਦੇ ਆ। ਠੀਕ ਹੈ, ਸਿਫਤ ਕਰਦੇ ਆ, ਉਹਨੂੰ ਖੁਸ਼ੀ ਚੜ੍ਹਦੀ ਹੈ। ਹਾਂਜੀ ਹਾਂਜੀ, ਲਾਮਾ ਮਿਲੇ ਫਿਰ ਆਪ ਨੂੰ ਹੀ ਦੁੱਖ ਹੁੰਦਾ। ਹਾਂਜੀ ਹਾਂਜੀ, ਚਲੋ ਅਜੇ ਤੱਕ ਦੇ ਬਾਬੇ ਦੀ ਮਿਹਰ ਆ ਵੀ ਚਲੋ ਨਹੀਂ ਲਾਮੇ ਵਾਲਾ ਤਾਂ ਕੰਮ ਬਣਿਆ ਹੀ ਨਹੀਂ ਹੈ। ਠੀਕ ਹੈ ਜੀ, ਜੇ ਨਾ ਚਲੋ ਆਪਾਂ ਕਿਸੇ ਨੂੰ ਚਾਹੀਦਾ ਹੀ ਕੰਮ ਇਹੋ ਜਿਹਾ। ਠੀਕ ਹੈ ਜੀ, ਬਾਕੀ ਚਲੋ ਆਪ ਹਲੇ ਖਲਣੇ ਆ। ਹਾਂਜੀ, ਇਹ ਤਾਂ ਕਈ ਵਾਰੀ ਸਾਹ ਵਾਲੀਆਂ ਚੀਜ਼ਾਂ ਕੋਈ ਪਤਾ ਨਹੀਂ ਹੁੰਦਾ, ਹੈ ਨਾ? ਬਾਬੇ ਦੀ ਮਿਹਰ ਜਦੋਂ ਖਲਣੇ ਤਾਂ ਮੈਂ ਆਖੀ। ਠੀਕ ਹੈ ਜੀ, ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਸਮਝਣਾ ਹੀ, ਵੇਚ ਚਾਹ ਕੇ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਹੀ ਖੜੇ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।